ਯੂਕੇ ਦੇ ਨਵੇਂ ਰੂਲਸ ਆ ਗਏ ਨੇ, ਨਵੇਂ ਰੂਲਸ ਨਾਲ ਹੁਣ ਕੀ ਸਪਾਊਸ ਪੋਸੀਬਲ ਹੈ ਜਾਂ ਨਹੀਂ, ਇਹ ਸਭ ਤੋਂ ਵੱਡਾ ਸਵਾਲ ਦੀ ਮਿਥ ਔਰ ਵਹਿਮ ਮੈਂ ਕਹੂੰਗਾ ਬਾਹਰ ਕਾਫੀ ਲੋਕਾਂ 'ਚ ਏਜੰਟਸ ਨੇ ਕਿ ਰਿਸਰਚ ਪ੍ਰੋਗਰਾਮ ਲਈ ਜਾਂਦੇ ਹੋ ਤਾਂ ਤੁਸੀਂ ਸਪਾਊਸ ਨਾਲ ਜਾ ਸਕਦੇ ਹੋ, ਜੇ ਤੁਸੀਂ ਰਿਸਰਚ ਪ੍ਰੋਗਰਾਮ 'ਚ ਨਹੀਂ ਜਾ ਰਹੇ ਤਾਂ ਫਿਰ ਤੁਸੀਂ ਸਪਾਊਸ ਨੂੰ ਨਹੀਂ ਲਿਜਾ ਸਕਦੇ। ਬਹੁਤ ਬਹੁਤ ਸਵਾਗਤ ਹੈ ਸਟੂਡੈਂਟ ਸਾਰਿਆਂ ਦਾ, ਅੱਜ ਯੂਕੇ ਦੇ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਾਂਗੇ। ਯੂਕੇ ਦੇ ਨਵੇਂ ਰੂਲਸ ਆ ਗਏ ਨੇ, ਨਵੇਂ ਰੂਲਸ ਨਾਲ ਹੁਣ ਕੀ ਸਪਾਊਸ ਪੋਸੀਬਲ ਹੈ ਜਾਂ ਨਹੀਂ, ਇਹ ਸਭ ਤੋਂ ਵੱਡਾ ਸਵਾਲ ਹੈ। ਅੱਜ ਦੇ ਸਾਡੇ ਗੈਸਟ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੰਵਰ। ਕੰਵਰ ਸਾਹਿਬ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਦੀਪਕ ਜੀ, ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਸੋ ਕੰਵਰ ਸਾਹਿਬ, ਜਦੋਂ ਉਹਦੇ ਨਵੇਂ ਰੂਲਸ ਆਏ ਨੇ, ਬਹੁਤ ਸਾਰੇ ਸਟੂਡੈਂਟਸ ਦਿਲ ਛੱਡ ਗਏ ਨੇ ਕਿ ਸ਼ਾਇਦ ਹੁਣ ਸਪਾਊਸ ਪੋਸੀਬਲ ਨਹੀਂ, ਜਿੱਦਾਂ ਦਾ ਕ੍ਰਾਈਟੀਰੀਆ ਫਿਕਸ ਕਰ ਦਿੱਤਾ ਹੈ, ਕੀ ਕੋਈ ਲੀਗਲ ਤਰੀਕੇ ਨਾਲ ਪੋਸੀਬਲ ਹੈ? ਬਿਲਕੁਲ ਜੀ, ਇਹ ਇੱਕ ਬਹੁਤ ਵੱਡੀ ਮਿਥ ਔਰ ਵਹਿਮ ਮੈਂ ਕਹੂੰਗਾ ਬਾਹਰ ਕਾਫੀ ਲੋਕਾਂ 'ਚ ਏਜੰਟਸ ਨੇ ਫੈਲਾਤਾ, ਕਿਉਂਕਿ ਬਹੁਤੇ ਏਜੰਟ ਜਿਹੜੇ ਹੈਗੇ ਆ ਉਹ ਯੂਕੇ ਦੀਆਂ ਯੂਨੀਵਰਸਿਟੀਆਂ ਨਾਲ ਡਾਇਰੈਕਟ ਕੰਮ ਨਹੀਂ ਕਰਦੇ। ਸੋ ਅੱਧੀ ਇਨਫੋਰਮੇਸ਼ਨ ਦੇ ਉੱਤੇ ਉਹਨਾਂ ਨੇ ਐਕਟ ਕੀਤਾ ਔਰ ਇਹ ਮੈਸੇਜ ਫੈਲਿਆ। ਯੂਕੇ ਸਪਾਊਸ ਵੀਜ਼ਾ ਮਾਸਟਰਸ ਵਾਲਿਆਂ ਨੂੰ ਅਲਾਊਡ ਹੁੰਦਾ ਸੀ, ਜਿਹੜੇ ਬੱਚੇ ਮਾਸਟਰਸ 'ਚ ਜਾਂਦੇ ਉਹ ਆਪਣੇ ਸਪਾਊਸ ਨਾਲ ਜਾ ਸਕਦੇ ਸੀ, ਉਹਦੇ ਵਿੱਚ ਅੱਜ ਵੀ ਅਲਾਊਡ ਹੈ, ਸਿਰਫ ਕੋਰਸ ਵੱਖਰਾ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਯੂਕੇ ਰਿਸਰਚ ਪ੍ਰੋਗਰਾਮ ਲਈ ਜਾਂਦੇ ਹੋ ਤਾਂ ਤੁਸੀਂ ਸਪਾਊਸ ਨਾਲ ਜਾ ਸਕਦੇ ਹੋ, ਜੇ ਤੁਸੀਂ ਰਿਸਰਚ ਪ੍ਰੋਗਰਾਮ 'ਚ ਨਹੀਂ ਜਾ ਰਹੇ ਤਾਂ ਫਿਰ ਤੁਸੀਂ ਸਪਾਊਸ ਨੂੰ ਨਹੀਂ ਲਿਜਾ ਸਕਦੇ। ਸੋ ਮਾਸਟਰਸ ਦਾ ਰਿਸਰਚ ਪ੍ਰੋਗਰਾਮ ਮਿਲ ਸਕਦਾ, ਬਿਜ਼ਨਸ ਸਟੱਡੀ ਵਾਲੇ ਨੂੰ ਵੀ ਮਿਲ ਸਕਦਾ, ਮਤਲਬ ਬੀ ਕੌਮ ਕੀਤੀ ਹੋਵੇ, ਬੀ ਬੀ ਏ ਕੀਤੀ ਹੋਵੇ, ਚਾਹੇ ਬੀ ਟੈਕ ਕੀਤੀ ਹੋਵੇ ਆਈ ਟੀ ਦੇ ਵਿੱਚ ਜਾਂ ਕੋਈ ਮੈਡੀਕਲ ਐਜੂਕੇਸ਼ਨ ਕੀਤੀ ਹੋਵੇ, ਤਿੰਨੋਂ ਬੱਚੇ ਰਿਸਰਚ ਪ੍ਰੋਗਰਾਮ ਲੈ ਸਕਦੇ ਨੇ ਔਰ ਰਿਸਰਚ ਮਾਸਟਰਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਸਪਾਊਸ ਦੇ ਨਾਲ ਬਕਾਇਦਾ ਜਾ ਸਕਦੇ ਹੋ। ਔਰ ਸੇਮ ਸਟੱਡੀ ਵੀਜ਼ਾ ਸਪਾਊਸ ਸਪਾਊਸ ਨੂੰ ਫੁੱਲ ਟਾਈਮ ਵਰਕ ਰਾਈਟ ਵੀ ਮਿਲਣਗੇ, ਸਟੂਡੈਂਟ ਨੂੰ 20 ਆਵਰ ਮਿਲਣਗੇ, ਬੱਚੇ ਵੀ ਜਾਣਗੇ। ਔਰ ਬ੍ਰੌਡਵੇ ਦੇ ਨਾਲ ਅਪਲਾਈ ਕਰਦੇ ਹੋ ਤਾਂ ਟੈਨਸ਼ਨ ਫਰੀ ਹੋ ਕੇ ਕਰਿਓ, ਕਿਉਂਕਿ ਪੈਸੇ ਅਸੀਂ ਲੈਣੇ ਆ ਵੀਜ਼ਾ ਲੱਗਣ ਤੋਂ ਬਾਅਦ। ਸੋ ਕੋਈ ਬਹਾਨਾ ਨਹੀਂ, ਕੋਈ ਐਕਸਕਿਊਜ਼ ਨਹੀਂ, ਯੂਕੇ ਵਿਦ ਸਪਾਊਸ ਬਿਲਕੁਲ ਪੋਸੀਬਲ ਹੈ। ਸੋ ਵਿਦਆਊਟ ਆਇਲਸ ਵੀ ਪੋਸੀਬਲ ਹੈ? ਹਾਂਜੀ, ਜਦੋਂ ਆਪਾਂ ਵਿਦਆਊਟ ਆਈਲੈਟਸ ਗੱਲ ਕਰਾਂਗੇ ਫਿਰ ਇੱਥੇ ਸਪਾਊਸ ਰਹਿ ਜਾਏਗਾ। ਉਹਦਾ ਕਾਰਨ ਹੈ, ਉਹਦਾ ਕਾਰਨ ਹੈ ਕਿ ਰਿਸਰਚ ਪ੍ਰੋਗਰਾਮ ਨੇ, ਰਿਸਰਚ ਪ੍ਰੋਗਰਾਮ ਉਹਨਾਂ ਨੂੰ ਹੀ ਮਿਲਣਗੇ ਜਿਨ੍ਹਾਂ ਦੀ ਇੰਗਲਿਸ਼ ਸਟਰੋਂਗ ਹੈ। ਸੋ ਉਹਦੇ 'ਚ ਕਿਤੇ ਨਾ ਕਿਤੇ 6 ਓਵਰਆਲ 5.5 ਚਾਹੀਦਾ ਹੋਊਗਾ। ਬਟ ਜਿਹੜੇ ਬੱਚੇ ਵਿਦਆਊਟ ਆਈਲੈਟਸ ਜਾਣਾ ਚਾਹੁੰਦੇ ਨੇ, ਯੈਸ ਡੈਫੀਨੇਟਲੀ ਜਾ ਸਕਦੇ ਨੇ। ਕੁਝ ਕੁ ਸ਼ਰਤਾਂ ਨੇ ਛੋਟੀਆਂ ਛੋਟੀਆਂ, ਉਹ ਜਾਂ ਤਾਂ ਉਹਨਾਂ ਦੀ ਡਿਗਰੀ ਇੰਗਲਿਸ਼ ਮੀਡੀਅਮ 'ਚ ਹੋਈ ਹੋਵੇ ਤਾਂ ਵੀ ਜਾ ਸਕਦੇ ਨੇ, ਕੋਈ ਮੁਸ਼ਕਲ ਨਹੀਂ। ਔਰ ਜਾਂ ਫਿਰ ਉਹਨਾਂ ਦੇ ਪਲੱਸ 2 ਦਾ CBSE ਦਾ ਜਿਹੜਾ ਸਕੋਰ ਹੈ ਉਹ 70% ਹੋਵੇ ਤਾਂ ਵੀ ਉਹ ਵਿਦਆਊਟ ਆਈਲੈਟਸ ਯੂਕੇ ਜਾ ਸਕਦੇ ਆ, ਮਾਸਟਰਸ ਲਈ ਵੀ ਜਾ ਸਕਦੇ ਆ। ਔਰ ਜਿਹੜੇ ਬੱਚੇ ਪਲੱਸ 2 ਤੋਂ ਬਾਅਦ ਵਿਦਆਊਟ ਆਈਲੈਟਸ ਜਾਣਾ ਚਾਹੁੰਦੇ ਆ ਉਹ CBSE ਵਾਲੇ ਤਾਂ ਜਾ ਵੀ ਸਕਦੇ ਆ, ਬਟ ਉਹਦੇ ਨਾਲ ਨਾਲ ਪੰਜਾਬ ਬੋਰਡ ਹਰਿਆਣਾ ਬੋਰਡ ਵਾਲੇ ਬੱਚੇ ਵੀ ਜਿਨ੍ਹਾਂ ਕੋਲ ਓਵਰਆਲ 60 ਦਾ ਸਕੋਰ ਹੈ ਔਰ ਇੰਗਲਿਸ਼ ਦੇ ਵਿੱਚ 70% ਨੇ ਉਹ ਵੀ ਵਿਦਆਊਟ ਆਈਲੈਟਸ ਜਾ ਸਕਦੇ। ਇੱਕ ਕੈਟਾਗਰੀ ਹੋਰ ਹੈ ਕਵਰ ਸਾਹਿਬ ਜਿਹੜੀ ਡਾਊਟਫੁਲ ਰਹਿੰਦੀ ਹੈ, ਜਿਨ੍ਹਾਂ ਦੀ ਪਰਸੈਂਟੇਜ ਘੱਟ ਹੈ ਜਾਂ ਫਿਰ ਆਇਲਸ ਦਾ ਤੇ PT ਦਾ ਸਕੋਰ ਵੀ ਲੋ ਹੈ। ਦੇਖੋ ਇਹਦੇ ਵਿੱਚ ਆ ਹੁੰਦਾ ਦੀਪਕ ਜੀ ਕਿ ਜਿਨ੍ਹਾਂ ਦਾ ਤਾਂ PT ਦਾ ਸਕੋਰ ਲੋ ਹੈ ਇਕੱਲਾ, ਉਹਨਾਂ ਲਈ ਹੱਲ ਹੋ ਸਕਦਾ, ਕਿਉਂਕਿ ਕਈ ਇੱਦਾਂ ਦੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ ਘੱਟ PT ਸਕੋਰ ਲੈ ਲੈਂਦੀਆਂ ਨੇ, ਔਰ ਘੱਟੋ ਘੱਟ ਜਿਹੜਾ PT ਸਕੋਰ ਚੱਲ ਜਾਂਦਾ ਉਹ ਚੱਲ ਜਾਂਦਾ 46 ਓਵਰਆਲ 46 ਈਚ। ਸੋ ਇਸ ਤੋਂ ਘੱਟ ਸ਼ਾਇਦ ਹੀ ਕਿਸੇ ਦਾ ਹੋਊਗਾ। ਸੋ ਇਹ ਸਭ ਤੋਂ ਘੱਟ PT ਸਕੋਰ ਅਸੈਪਟ ਹੋ ਜਾਂਦਾ। ਬਟ ਜਿੱਥੇ ਬੱਚੇ ਦੀ ਪਰਸੈਂਟੇਜ ਘੱਟ ਜਾਏਗੀ ਜਾਂ ਉਹਦਾ ਆਈਲੈਟਸ ਦਾ ਸਕੋਰ ਘੱਟ ਜਾਏਗਾ, ਉਸ ਕੇਸ ਦੇ ਵਿੱਚ ਫਿਰ ਉਹਦੇ ਕੋਲ UKVI ਆਈਲੈਟਸ ਹੋਵੇ, ਭਾਵੇਂ ਉਹਦੇ ਓਵਰਆਲ ਹੀ 5 ਬੈਂਡ ਹੋਣ, 4.5 ਈਚ ਹੋਣ ਤਾਂ ਵੀ ਚੱਲੇਗਾ। ਔਰ ਸਕੂਲ ਦੀ ਜਿਹੜੀ ਪਰਸੈਂਟੇਜ ਹੈ ਉਹ ਭਾਵੇਂ ਫਿਰ 50 ਹੋਵੇ, ਭਾਵੇਂ 45 ਹੋਵੇ, ਭਾਵੇਂ 55 ਹੋਵੇ, ਮਤਲਬ 60 ਤੋਂ ਥੱਲੇ ਹੋਵੇ,
ਤਾਂ ਵੀ ਚੱਲੇਗਾ, ਔਰ ਆਪਣੇ ਫਾਊਂਡੇਸ਼ਨ ਪ੍ਰੋਗਰਾਮ ਦੇ ਥਰੂ ਜਾ ਸਕਦਾ। ਜੇ ਗ੍ਰੈਜੂਏਸ਼ਨ ਵਾਲਾ ਬੱਚਾ ਆ ਔਰ ਉਹਦੇ 55% ਤੋਂ ਘੱਟ ਨੇ ਤਾਂ ਉਹ ਪ੍ਰੀ ਮਾਸਟਰ ਅਤੇ ਪ੍ਰੀ ਸੈਸ਼ਨਲ ਰੂਟ ਦੇ ਥਰੂ ਜਾ ਸਕਦੇ ਆ। ਕਹਿਣ ਦਾ ਭਾਵ ਮੋਟੇ ਸ਼ਬਦਾਂ 'ਚ ਆਇਆ ਕਿ ਅਗਰ ਕੋਈ ਬੱਚਾ UK ਜਾਣਾ ਚਾਹੁੰਦਾ, ਥੋੜ੍ਹੀ ਜਿਹੀ ਮਿਹਨਤ ਸ਼ਾਇਦ ਉਹਨੂੰ ਕਰਨੀ ਪੈ ਸਕਦੀ ਹੈ, ਨਹੀਂ ਤਾਂ 90% ਸੋਲਿਊਸ਼ਨ ਸਾਡੇ ਕੋਲ ਨੇ, ਬੱਚਾ ਬਿਲਕੁਲ ਜਾ ਸਕਦਾ। ਅਤੇ ਜਿੱਦਾਂ ਮੈਂ ਦੱਸਿਆ ਵੀ ਬ੍ਰੌਡਵੇ ਤੋਂ ਅਪਲਾਈ ਕਰਦੇ ਹੋ, ਟੈਨਸ਼ਨ ਫਰੀ ਹੋ ਕੇ ਕਰਿਓ, ਕਿਉਂਕਿ ਕੋਈ ਵੀ ਵੀਜ਼ਾ ਲਓਗੇ ਪੈਸੇ ਵੀਜ਼ੇ ਤੋਂ ਬਾਅਦ ਹੀ ਦਿਓ। ਆਪਾਂ ਮਾਰਚ ਮਹੀਨੇ ਦੇ ਵਿੱਚ ਬੈਠੇ ਹਾਂ, ਕਿਹੜਾ ਕਿਹੜਾ ਇਨਟੇਕ ਫੜਿਆ ਜਾ ਸਕਦਾ? ਹੁਣ ਇਸ ਟਾਈਮ ਬੱਚੇ ਮੇ ਇਨਟੇਕ ਲਈ ਆਪਣੀਆਂ ਐਪਲੀਕੇਸ਼ਨ ਸ਼ੁਰੂ ਕਰ ਸਕਦੇ ਨੇ ਫਟਾਫਟ, ਕਿਉਂਕਿ ਆਫਰ ਲੈਟਰਸ ਆਉਣਗੀਆਂ ਸਪੀਡ ਨਾਲ, ਕਿਉਂਕਿ ਬ੍ਰੌਡਵੇ ਕੰਮ ਕਰਦਾ ਡਾਇਰੈਕਟ ਯੂਨੀਵਰਸਿਟੀਜ਼ ਦੇ ਨਾਲ, ਵਿਚੋਲਿਆਂ ਦੇ ਨਾਲ ਨਹੀਂ। ਸੋ ਬੇਫਿਕਰ ਹੋ ਕੇ ਅਪਲਾਈ ਕਰੋ, ਪਰ ਜੇ ਜ਼ਿਆਦਾ ਲੇਟ ਹੋ ਜਾਓਗੇ ਫਿਰ ਸਪਟੈਂਬਰ ਇਨਟੇਕ ਮਿਲੂਗਾ। ਸੋ ਕੋਈ ਵੀ ਸਵਾਲ ਹੈ 90238 90238 ਤੇ ਬ੍ਰੌਡਵੇ ਦੀ ਟੀਮ ਨੂੰ ਕਾਲ ਕਰ ਸਕਦੇ ਹੋ। ਬ੍ਰੌਡਵੇ ਦੇ ਪੂਰੇ ਪੰਜਾਬ ਦੇ ਵਿੱਚ ਅਡਜੋਇਨਿੰਗ ਸਟੇਟਸ ਦੇ ਵਿੱਚ ਵੀ ਆਫਿਸ ਨੇ, ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ, ਲੇਟੈਸਟ ਅਪਡੇਟਸ ਤੁਹਾਨੂੰ ਰੈਗੂਲਰਲੀ ਮਿਲਦੇ ਰਹਿਣਗੇ। ਬਹੁਤ ਬਹੁਤ ਧੰਨਵਾਦ, ਥੈਂਕ ਯੂ।